ਅੱਸੀ ਕੱਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਅੰਦਰ ਅਸੀਂ ਗੱਲ ਕਰਾਂਗੇ ਇਨਸੌਮੀਆਂ ਬਾਰੇ ਯਾਨੀ ਕਿ ਨੀਂਦ ਨਾ ਆਉਣ ਦੀ ਪ੍ਰੋਬਲਮ ਬਾਰੇ ਜੇਕਰ ਤੁਹਾਨੂੰ ਵੀ ਨੀਂਦ ਠੀਕ ਤਰ੍ਹਾਂ ਨਹੀਂ ਆਉਂਦੀ ਤੇ ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਕਰ ਰਹੇ ਹੋ ਤਾਂ ਸਮਝ ਲਵੋ ਇਸ ਦਾ ਬਹੁਤ ਗਹਿਰਾ ਪ੍ਰਭਾਵ ਤੁਹਾਡੀ ਬਾਡੀ ਤੇ ਤੇ ਤੁਹਾਡੀ ਸਿਹਤ ਉੱਪਰ ਪਵੇਗਾ ਇੰਨਾ ਗਹਿਰਾ ਪ੍ਰਭਾਵ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਵੀਡੀਓ ਦੇ ਅੰਦਰ ਅਸੀਂ ਗੱਲ ਕਰਾਂਗੇ ਨੀਂਦ ਨਾ ਆਉਣ ਦੇ ਕਿਹੜੇ-ਕਿਹੜੇ ਕਾਰਨ ਹਨ ਤੇ ਨਾਲ ਨਾਲ ਇਹ ਵੀ ਜਾਣਾਂਗੇ ਨੀਂਦ ਨਾ ਆਉਣ ਦੀਆਂ ਕਿੰਨੀਆਂ ਟਾਈਪਸ ਹੁੰਦੀਆਂ ਹਨ ਤਿੱਪ ਸੀ ਇਸ ਤੋਂ ਛੁਟਕਾਰਾ ਕਿਵੇਂ ਪਾਈਏ ਇਸ ਬਾਰੇ ਵੀ ਅਸੀਂ ਜਾਣਾਂਗੇ 10 ਤੋਂ 30% ਤੰਕ ਦੀ ਪੋਪੂਲੇਸ਼ਨ ਅਜੇ ਹੀ ਹੀ ਹੈ ਜੋ ਇਨਸੋਮੀਆ ਤੋਂ ਪੀੜਤ ਹੈ ਜੇਕਰ ਤੁਸੀਂ ਵੀ ਸਹੀ ਮਾਇਨੇ ਵਿੱਚ ਇਸ ਨੂੰ ਸਮਝਣਾ ਚਾਹੁੰਦੇ ਹੋ ਕਿ ਇਨਸੋਮੀਆ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੀਆਂ ਟਾਈਪਸ ਨੂੰ ਸਮਝਣਾ ਹੋਵੇਗਾ ਤਾਂ ਹੀ ਤੁਸੀਂ ਸਹੀ ਮਾਇਨੇ ਵਿੱਚ ਇਸ ਦਾ ਪ੍ਰੋਪਰ ਟਰੀਟਮੈਂਟ ਕਰਵਾ ਸਕੋਗੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੋਗੇ ਸਭ ਤੋਂ ਪਹਿਲੀ ਕਿਸਮ ਵਿੱਚ ਆਉਂਦਾ ਹੈ ਨੋ ਸੈਟ ਸਲੀਪ ਇਨਸੋਮੀਆ ਮਤਲਬ ਜਦੋਂ ਤੁਸੀਂ ਸੌਣ ਲਈ ਪੈ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਲੰਬੇ ਸਮੇਂ ਤੱਕ ਨੀਂਦ ਨਹੀਂ ਆਉਂਦੀ ਤੁਸੀਂ ਈਵੇਂ ਹੀ ਲੇਟੇ ਰਹਿੰਦੇ ਹੋ ਉਸ ਤੋਂ ਬਾਅਦ ਅਗਲਾ ਹੈ ਸਲੀਪ ਮੈਂਟੇਨੈਂਸ ਇਨਸੋਮੀਆ ਜਾਨੀ ਕਿ ਅਜਿਹੀ ਸਥਿਤੀ ਜਿੱਥੇ ਤੁਸੀਂ ਸੌ ਤਾਂ ਜਾਂਦੇ ਹੋ ਸੌਣ ਤੋਂ ਬਾਅਦ ਰਾਤ ਨੂੰ ਤੁਹਾਡੀ ਬਾਰ-ਬਾਰ ਅੱਖ ਖੋਲਦੀ ਰਹਿੰਦੀ ਹੈ ਜਿਸ ਕਾਰਨ ਤੁਹਾਨੂੰ ਪ੍ਰੋਪਰ ਨੀਂਦ ਨਹੀਂ ਆਉਂਦੀ ਜਦੋਂ ਤੁਹਾਨੂੰ ਪ੍ਰੋਪਰ ਨੀਂਦ ਨਹੀਂ ਆਉਂਦੀ ਤਾਂ ਸਵੇਰੇ ਉੱਠਦੇ ਸਮੇਂ ਤੁਹਾਨੂੰ ਥੱਕਿਆ-ਥੱਕਿਆ ਮਹਿਸੂਸ ਹੁੰਦਾ ਰਹਿੰਦਾ ਹੈ ਤੇ ਤੁਹਾਡੀ ਬਾਡੀ ਪੂਰੀ ਤਰ੍ਹਾਂ ਕੰਮ ਨਹੀਂ ਕਰਦੀ ਤੇ ਤੁਹਾਨੂੰ ਇੰਜ ਲੱਗਦਾ ਹੈ ਕਿ ਤੁਹਾਨੂੰ ਂਦਾ ਰਹੀ ਹੈ ਤੋਂ ਬਾਅਦ ਅਗਲੀ ਕਿਸਮ ਹੈ अर्ली ਮਾਰਨਿੰਗ ਵੇਕਿੰਗ ਅਪ ਇਨਸੋਮੀਆਂ ਯਾਨੀ ਕਿ ਅਜਿਹੀ ਸਥਿਤੀ ਜਿਸ ਵਿੱਚ ਤੁਹਾਨੂੰ ਰਾਤ ਭਰ ਤਾਂ ਨੀਂਦ ਆ ਜਾਂਦੀ ਹੈ ਪਰ ਸਵੇਰੇ ਬਹੁਤ ਹੀ ਜਲਦੀ अर्ਲੀ ਮਾਰਨਿੰਗ ਤੁਹਾਡੀ ਅੱਖ ਖੋਲ ਜਾਂਦੀ ਹੈ ਤੇ ਬਾਅਦ ਵਿੱਚ ਤੁਹਾਨੂੰ ਪੂਰਾ ਟਾਈਮ ਨੀਂਦ ਨਹੀਂ ਆਉਂਦੀ ਇਸ ਕਾਰਨ ਸਾਡੀ ਨੀਂਦ ਪੂਰੀ ਨਹੀਂ ਹੋ ਪਾਉਂਦੀ ਤੇ ਸਾਨੂੰ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ ਤੇ ਸਾਡੀ ਫਿਜ਼ੀਕਲ ਅਤੇ ਮੈਂਟਲ ਹੈਲਥ ਤੇ ਵੀ ਇਸ ਦਾ ਬਹੁਤ ਹੀ ਹਾਨੀਕਾਰਕ ਪ੍ਰਭਾਵ ਪੈਂਦਾ ਹੈ ਤਿੰਨੋਂ ਮੁੱਖ ਟਾਈਪਸ ਹਨ ਇਨਸੋਮੀਆਂ ਦੀਆਂ ਇਹਨਾਂ ਵਿੱਚੋਂ ਜੇਕਰ ਗੜਾ ਤਰੀਏ ਸਭ ਤੋਂ ਮੇਨ ਕਿਸਮ ਦੀ ਤਾਂ ਸਭ ਤੋਂ ਮੇਨ ਕਿਸਮ ਜੋ ਆਮ ਲੋਕਾਂ ਨੂੰ ਪ੍ਰੋਬਲਮ ਹੈ ਉਹ ਹੈ ਆਨ ਸੈਟ ਸਲੀਪ ਇਨਸੌਮੀਆਂ ਯਾਨੀ ਕਿ ਇਹ ਜਹੀ ਪ੍ਰੋਬਲਮ ਜਿੱਥੇ ਸੌਣ ਵਿੱਚ ਸਾਨੂੰ ਦਿੱਕਤ ਆਉਂਦੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਬਾਡੀ ਦੇ ਅੰਦਰ ਮੌਜੂਦ ਕੇਡੀਅਮ ਸਾਈਕਲ ਦਾ ਡਿਸਟਰਬ ਹੋ ਜਾਣਾ ਕਿਉਂਕਿ ਕੇਡੀਅਮ ਸਾਈਕਲ ਇੱਕ ਤਰ੍ਹਾਂ ਦਾ ਅਲਾਰਮ ਹੁੰਦਾ ਹੈ ਸਾਡੀ ਬਾਡੀ ਦੇ ਅੰਦਰ ਉਹ ਸਾਡੀ ਬਾਡੀ ਦੇ ਅੰਦਰ ਫਿਕਸ ਹੁੰਦਾ ਹੈ ਤੇ ਸਾਨੂੰ ਖਾਸ ਟਾਈਮ ਤੇ ਇਹ ਸੌਣ ਲਈ ਪ੍ਰੇਰਿਤ ਕਰਦਾ ਹੈ ਤੇ ਖਾਸ ਟਾਈਮ ਤੇ ਉੱਠਣ ਲਈ ਪ੍ਰੇਰਿਤ ਕਰਦਾ ਹੈ ਤੁਸੀਂ ਜਦੋਂ ਵੀ ਰਾਤ ਨੂੰ ਇੱਕ ਟਾਈਮ ਤੇ ਸੌਣ ਦੀ ਆਦਤ ਪਾ ਲਵੋ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਆਟੋਮੈਟਿਕਲੀ ਉਸ ਟਾਈਮ ਤੇ ਨੀਂਦ ਆਉਂਦੀ ਸ਼ੁਰੂ ਹੋ ਜਾਂਦੀ ਹੈ ਇਹ ਸਰਕੇਡੀਅਮ ਸਾਈਕਲ ਦੀ وجہ ਨਾਲ ਹੀ ਹੁੰਦਾ ਹੈ ਜਦੋਂ ਇਹ ਸਾਈਕਲ ਡਿਸਟਰਬ ਹੋ ਜਾਂਦਾ ਹੈ ਤਾਂ ਸਾਡੀ ਬਾਡੀ ਦੇ ਅੰਦਰ ਆਨ ਸੈਟ ਸਲੀਪ ਇਨਸੋਮੀਆ ਆ ਜਾਂਦਾ ਹੈ ਤੇ ਸਾਨੂੰ ਇਹ ਬਿਮਾਰੀ ਹੋ ਜਾਂਦੀ ਹੈ ਅਸੀਂ ਜਾਣਾਂਗੇ ਸਰਕੇਡੀਅਮ ਸਾਈਕਲ ਆਖਿਰ ਡਿਸਟਰਬ ਕਿਉਂ ਹੁੰਦਾ ਹੈ ਇਸ ਦਾ ਕਾਰਨ ਕੀ ਹੁੰਦਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਉਹ ਲੋਕ ਸ਼ਿਫਟ ਵਿੱਚ ਜੌਬ ਕਰਦੇ ਹਨ ਕਦੀ ਉਹਨਾਂ ਨੂੰ ਦਿਨ ਦੀ ਡਿਊਟੀ ਕਰਨੀ ਪੈਂਦੀ ਹੈ ਅਤੇ ਕਦੇ ਰਾਤ ਦੀ ਕਦੇ ਈਵਨਿੰਗ ਦੀ ਅਜਿਹੇ ਲੋਕਾਂ ਦੇ ਅੰਦਰ ਇਹ ਸਾਈਕਲ ਡਿਸਟਰਬ ਹੋ ਜਾਂਦਾ ਹੈ ਉਹ esto علاوہ ਜੋ ਲੋਕ ਬਹੁਤ ਜ਼ਿਆਦਾ ਸਟ੍ਰੈਸਫੁਲ এনवायरमेंट ਦੇ ਵਿੱਚ ਰਹਿੰਦੇ ਹਨ ਉਹਨਾਂ ਦੇ ਅੰਦਰ ਵੀ ਇਹ ਸਾਈਕਲਡ ਸਟਰ ਬਹੁਤ ਜਾਂਦਾ ਹੈ ਜਾਂ ਫਿਰ ਘਰ ਦੇ ਵਿੱਚ ਕੋਈ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਹੈ ਮਿਸ ਹੈਪਨਿੰਗ ਹੋ ਗਈ ਹੈ ਉਸ ਵਿੱਚ ਵੀ ਇਹ ਸਾਈਕਲਡ ਸਟਰ ਬਹੁਤ ਜਾਂਦਾ ਹੈ ਦੋਸਤੋ ਇਲਾਵਾ ਇਹ ਪ੍ਰੋਬਲਮ ਬਜ਼ੁਰਗਾ ਵਿੱਚ ਵੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਉਹਨਾਂ ਵਿੱਚ ਵੀ ਇਹ ਸਾਈਕਲਡ ਸਟਰ ਦੇਖਿਆ ਗਿਆ ਹੈ ਉਸ ਤੋਂ ਬਾਅਦ ਜਿਨ੍ਹਾਂ ਮਾਵਾਂ ਦੇ ਬੱਚੇ ਬਹੁਤ ਛੋਟੇ ਹਨ ਉਹ ਰਾਤ ਨੂੰ ਵੀ ਜਾਗਦੀਆਂ ਹਨ ਤੇ ਦਿਨ ਨੂੰ ਵੀ ਜਾਗਦੀਆਂ ਹਨ ਦੇ ਅੰਦਰ ਵੀ ਸਰਕੇਡੀਅਮ ਸਾਈਕਲ ਦਾ ਡਿਸਟਰਬ ਹੋ ਜਾਣਾ ਬਹੁਤ ਹੀ ਆਮ ਗੱਲ ਹੈ ਉਹਨਾਂ ਵਿੱਚ ਵੀ ਇਹ ਸਾਈਕਲ ਡਿਸਟਰਬ ਹੋ ਜਾਂਦਾ ਹੈ ਤੇ ਉਹਨਾਂ ਨੂੰ ਵੀ ਨੀਂਦ ਨਹੀਂ ਆਉਂਦੀ ਵੀ ਨੀਂਦ ਆਉਣ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਸੌਂਦੇ ਸਮੇਂ ਬਹੁਤ ਜ਼ਿਆਦਾ ਹੈਵੀ ਖਾਣਾ ਖਾ ਕੇ ਸੌਂਦੇ ਹੋ ਉਸ ਦੇ ਕਾਰਨ ਵੀ ਸਾਡਾ ਇਹ ਸਾਈਕਲ ਡਿਸਟਰਬ ਹੁੰਦਾ ਹੈ ਜਾਂ ਫਿਰ ਤੁਸੀਂ ਪੂਰਾ ਦਿਨ ਕੁਝ ਨਹੀਂ ਕਰਦੇ ਮੰਜੇ ਉੱਪਰ ਬੈਠੇ ਰਹਿੰਦੇ ਹੋ ਆਰਾਮ ਕਰਦੇ ਰਹਿੰਦੇ ਹੋ ਇਸ ਕਾਰਨ ਵੀ ਇਹ ਸਾਈਕਲ ਡਿਸਟਰਬ ਹੁੰਦਾ ਹੈ ਜ਼ਿਆਦਾ ਸਕਰੀਨਿੰਗ ਟਾਈਮ ਨਾਲ ਵੀ ਸਰਕੇਡੀਅਮ ਸਾਈਕਲ ਡਿਸਟਰਬ ਹੁੰਦਾ ਹੈ ਕੌਮਨ ਸੈਟ ਸਲੀਪ ਇਨ ਸੌਮੀਆਂ ਬਹੁਤ ਜ਼ਿਆਦਾ ਕਾਮਨ ਪ੍ਰੋਬਲਮ ਹੈ ਸਭ ਦੇ ਵਿੱਚ ਕਦੀ ਵੀ ਕਿਸੇ ਵੀ ਸਮੇਂ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਜੇਕਰ ਤੁਹਾਨੂੰ 2 ਤੋਂ 4 ਦਿਨ ਇਹ ਰਹਿੰਦੀ ਹੈ ਤੇ ਫਿਰ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ ਇਹ ਕੇਸ ਵਿੱਚ ਤੁਹਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਜੇਕਰ ਇਹ ਪ੍ਰੋਬਲਮ ਤੁਹਾਨੂੰ 3 ਮਹੀਨੇ ਤੱਕ ਲਗਾਤਾਰ ਰਹਿੰਦੀ ਹੈ ਤੁਹਾਨੂੰ ਸੌਣ ਲਈ 30 ਮਿੰਟ ਤੋਂ ਜ਼ਿਆਦਾ ਦਾ ਟਾਈਮ ਲੱਗਦਾ ਹੈ ਤੇ ਕੰਡੀਸ਼ਨ ਹਰ ਹਫਤੇ ਦੇ ਵਿੱਚ ਤੁਹਾਨੂੰ 4 ਦਿਨ ਫੇਸ ਕਰਨੀ ਪੈਂਦੀ ਹੈ ਅਜਿਹੀ ਸਥਿਤੀ ਵਿੱਚ ਤੁਹਾਨੂੰ ਕ੍ਰੋਨਿਕ ਸਲੀਪ ਇਨਸੋਮੀਆ ਹੈ ਇਸ ਦਾ ਇਲਾਜ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਇਸ ਕੰਡੀਸ਼ਨ ਵਿੱਚ ਤੁਸੀਂ ਧਿਆਨ ਨਹੀਂ ਦਿੰਦੇ ਮਤਲਬ ਤੁਸੀਂ ਡਾਇਬੀਟਿਸ ਨੂੰ ਹਾਰਟ ਦੀ ਪ੍ਰੋਬਲਮ ਨੂੰ ਮੋਟਾਪੇ ਨੂੰ ਤੇ ਬੱਡ ਪ੍ਰੈਸ਼ਰ ਵਰਗੀ ਪ੍ਰੋਬਲਮ ਨੂੰ ਸੱਦਾ ਦੇ ਰਹੇ ਹੋ ਸੋਮੀਆ ਇੱਕ ਅਜਿਹੀ ਪ੍ਰੋਬਲਮ ਹੈ ਜਿਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਬਹੁਤ ਸਾਰੇ ਲੋਕ ਇਸ ਨੂੰ ਆਮ ਤੌਰ ਤੇ ਨਜ਼ਰ ਅੰਦਾਜ਼ ਕਰ ਦਿੰਦੇ ਹਨ ਜਿਸ ਕਾਰਨ ਤੁਹਾਨੂੰ ਕਾਫੀ ਪ੍ਰੋਬਲਮ ਸਾਮਣਾ ਕਰਨਾ ਪੈਂਦਾ ਹੈ ਬਹੁਤ ਸਾਰੇ ਲੋਕ ਇਸ ਪ੍ਰੋਬਲਮ ਨੂੰ ਸੀਰੀਅਸ ਨਾ ਲੈ ਕੇ ਇਸ ਪ੍ਰੋਬਲਮ ਪ੍ਰੋਬਲਮ ਦੇ ਨਾਲ ਅਡਜਸਟ ਕਰਦੇ ਰਹਿੰਦੇ ਹਨ ਬਹੁਤ ਸਾਰੇ ਲੋਕਾਂ ਨੂੰ ਇਨਸੋਮੀਆਂ ਦੀ ਪ੍ਰੋਬਲਮ ਹੁੰਦੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਦਿਨ ਵਿੱਚ ਵੀ ਉਹਨਾਂ ਦਾ ਸਰੀਰ ਭਾਰਾ ਭਾਰਾ ਲੱਗਦਾ ਰਹਿੰਦਾ ਹੈ ਉਹਨਾਂ ਨੂੰ ਨੀਂਦ ਆਉਂਦੀ ਰਹਿੰਦੀ ਹੈ ਤੇ ਥਕਾਵਟ ਜਹੀ ਲੱਗਦੀ ਰਹਿੰਦੀ ਹੈ ਕਾਰਨ ਉਹ ਪੂਰਾ ਦਿਨ ਕਾਫੀ ਪੀਂਦੇ ਰਹਿੰਦੇ ਹਨ ਕਿ ਉਹਨਾਂ ਨੂੰ ਨੀਂਦ ਨਾ ਆਵੇ ਸਮੋਕਿੰਗ ਕਰਦੇ ਰਹਿੰਦੇ ਹਨ ਪਰ ਇਹ ਚੀਜ਼ਾਂ ਤੁਹਾਨੂੰ ਕੁਝ ਟਾਈਮ ਲਈ ਰੀਲੀਫ ਦੇ ਸਕਦੀਆਂ ਹਨ ਅੱਗੇ ਜਾ ਕੇ ਇਹ ਤੁਹਾਨੂੰ ਦਿੱਕਤ ਦੇਣਗੀਆਂ ਇਸ ਲਈ ਜੇਕਰ ਤੁਹਾਡੇ ਅੰਦਰ ਇਨਸੋਮੀਆ ਨੀਂਦ ਨਾ ਆਉਣ ਦੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਪਰਮਾਨੈਂਟਲੀ ਇਸ ਦਾ ਸੋਲੂਸ਼ਨ ਲੱਭੋ ਨਾ ਕਿ ਇਹਨਾਂ ਗੱਲਾਂ ਨੂੰ ਆਪਣੀ ਡਾਈਟ ਵਿੱਚ ਆਪਣੀ ਜ਼ੋਜ਼ਮਾਲਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰੋ ਜੋ ਤੁਹਾਨੂੰ ਅੱਗੇ ਜਾ ਕੇ ਨੁਕਸਾਨ ਦੇਣਗੀਆਂ ਅਣ ਗੱਲ ਕਰਾਂਗੇ ਕੁਝ ਟਿਪਸ ਦੀ ਜੋ ਇਨਸੋਮੀਆ ਵਿੱਚ ਬੇਹੱਦ ਹੀ ਫਾਇਦੇਮੰਦ ਸਾਬਿਤ ਹੁੰਦੀਆਂ ਹਨ ਪਹਿਲਾ ਆਪਣੇ ਸੌਣ ਅਤੇ ਉੱਠਣ ਦਾ ਟਾਈਮ ਫਿਕਸ ਕਰੋ ਤਾਂ ਜੋ ਤੁਹਾਡਾ ਸਰਕੇਡੀਅਮ ਸਾਈਕਲ ਸਹੀ ਤਰ੍ਹਾਂ ਵਰਕ ਕਰ ਸਕੇ ਤੇ ਸੈੱਟ ਹੋ ਸਕੇ ਉਸ ਤੋਂ ਬਾਅਦ ਸੌਣ ਤੋਂ ਬਾਅਦ ਕਦੇ ਵੀ ਹੈਵੀ ਮੀਲ ਸੌਣ ਤੋਂ ਪਹਿਲਾਂ ਕਦੇ ਵੀ ਹੈਵੀ ਮੀਲ ਨੂੰ ਨਾ ਖਾਓ ਇਨ ਵਿੱਚ ਆਪਣੀ ਬਾਡੀ ਦੇ ਅੰਦਰ ਮੋਸ਼ਨ ਵਿੱਚ ਰੱਖੋ ਕੋਈ ਨਾ ਕੋਈ ਐਕਸਰਸਾਈਜ਼ ਕੋਈ ਨਾ ਕੋਈ ਵਰਕਆਊਟ ਕਰਦੇ ਰਹੋ ਕੋਈ ਨਾ ਕੋਈ ਕੰਮ ਕਰਦੇ ਰਹੋ ਤਾਂ ਜੋ ਤੁਹਾਨੂੰ ਰਾਤ ਨੂੰ ਨੀਂਦ ਚੰਗੀ ਆ ਸਕੇ ਆਪਣਾ ਸਕਰੀਨ ਟਾਈਮ ਘੱਟ ਰੱਖੋ ਆ ਤੇ ਕੌਫੀ ਦਾ ਇਸਤੇਮਾਲ ਜਿੰਨਾ ਘੱਟ ਹੋ ਸਕਦਾ ਹੈ ਉਹਨਾ ਘੱਟ ਕਰੋ ਸਮੋਕਿੰਗ ਤੋਂ ਵੀ ਤੁਸੀਂ ਦੂਰ ਰਹੋ ਉਸ ਤੋਂ ਬਾਅਦ ਅਕਸਰ ਲੋਕ ਕੋਈ ਵੀ ਕਿਸਮ ਦੀ ਇਨਸੋਮੀਆਂ ਹੋਵੇ ਉਸ ਦੇ ਅੰਦਰ ਹਰੇਕ ਤਰ੍ਹਾਂ ਦੀ ਇੱਕੋ ਹੀ ਦਵਾਈ ਖਾਂਦੇ ਰਹਿੰਦੇ ਹਨ ਨੀਂਦ ਦੀ ਸੇਮ ਮੈਡੀਸਨ ਨੂੰ ਲੈਂਦੇ ਰਹਿੰਦੇ ਹਨ ਉਸ ਦੇ ਨਾਲ ਉਹਨਾਂ ਨੂੰ ਨੀਂਦ ਤਾਂ ਆ ਜਾਂਦੀ ਹੈ ਪਰ ਹੌਲੀ-ਹੌਲੀ ਇਸ ਦੇ ਆਦੀ ਹੋ ਜਾਂਦੇ ਹਨ ਫਿਰ ਇਸ ਤੋਂ ਬਿਨਾ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਇਸ ਲਈ ਤੁਸੀਂ ਕੋਈ ਵੀ ਮੈਡੀਸਨ ਲਓ ਆਪਣੇ ਡਾਕਟਰ ਦੀ ਸਲਾਹ ਨਾਲ ਲਓ ਅਤੇ ਆਪਣੀ ਕੰਡੀਸ਼ਨ ਨੂੰ ਜਾਣ ਕੇ ਲਓ ਤੁਹਾਨੂੰ ਕਿਹੜੇ ਟਾਈਪ ਦਾ ਇਨਸੋਮੀਆਂ ਹੈ ਨੀਂਦ ਨਹੀਂ ਜਾਂ ਜਿੰਨੀਆਂ ਵੀ ਦਵਾਈਆਂ ਆਉਂਦੀਆਂ ਹਨ ਇਨਸਾਨ ਉਹਨਾਂ ਉੱਪਰ ਡਿਪੈਂਡ ਹੋ ਜਾਂਦਾ ਹੈ ਸਾਡੀ ਬੋਡੀ ਉਹਨਾਂ ਉੱਪਰ ਡਿਪੈਂਡ ਹੋਣ ਲੱਗਦੀ ਹੈ ਇਸ ਲਈ ਤੁਸੀਂ ਦਵਾਈਆਂ ਤੋਂ ਦੂਰ ਰਹੋ ਆ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਵੋ ਫਿਰ ਹੀ ਕੋਈ ਦਵਾਈ ਲਵੋ ਤੇ ਲੰਬੇ ਸਮੇਂ ਤੱਕ ਇਹਨਾਂ ਦਵਾਈਆਂ ਨੂੰ ਨਾ ਖਾਓ ਉਸ ਤੋਂ ਬਾਅਦ ਕੋਸ਼ਿਸ਼ ਕਰੋ ਜਿਸ ਰੂਮ ਵਿੱਚ ਤੁਸੀਂ ਸੌ ਰਹੇ ਹੋ ਉਹ ਰੂਮ ਡਾਰਕ ਹੋਵੇ ਤੇ ਜਗ੍ਹਾ ਸ਼ਾਂਤ ਹੋਵੇ ਉੱਥੇ ਜ਼ਿਆਦਾ ਰੋਲਾ ਲੱਪਾ ਨਾ ਹੋਵੇ ਤਾਂ ਜੋ ਤੁਹਾਨੂੰ ਚੰਗੀ ਨੀਂਦ ਆ ਸਕੇ ਸੀ ਇਨਸੋਮੀਆ ਜਾਣੇ ਕਿ نیند ਨਾ ਆਉਣ ਦੀ ਪ੍ਰੋਬਲਮ ਬਾਰੇ ਜਾਣਕਾਰੀ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਤੇ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ